40 ਸਾਲ ਸਾਨੂੰ ਪੁਰਾਣੀ ਕਣਕ ਲੱਗੀ ਉਹ ਟੁੱਟ ਗਈ, ਕੋਈ ਸਾਧਨ ਨਹੀਂ ਹੈਗਾ, ਬੰਦਾ ਮੇਰੇ ਨਹੀਂ ਸਿਰ ਤੇ ਹੈਗਾ, ਭਾਂਡੇ ਮਾਂਜ ਕੇ ਰੋਟੀ ਖਾਣੀ ਆ, ਜਵਾਕ ਦਾ ਵੀ ਢਿੱਡ ਭਰਨਾ ਆਪਦਾ ਵੀ ਖਾਣਾ। ਕੈਪਟਨ ਸਰਕਾਰ ਨੇ 16 ਮਾਰਚ ਨੂੰ ਆਪਣੇ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਕਾਰਗੁਜ਼ਾਰੀ ਮੀਡੀਆ ਸਾਹਮਣੇ ਰੱਖੀ ਗਈ, ਜਿਸ ਵਿੱਚ ਉਹਨਾਂ ਹਰ ਵਰਗ ਨੂੰ ਸੁੱਖ ਸਹੂਲਤਾਂ ਦੇਣ ਸਣੇ ਕਈ ਤਰ੍ਹਾਂ ਦੇ ਐਲਾਨ ਅਤੇ ਵਾਅਦੇ ਕੀਤੇ। ਪਰ ਜ਼ਮੀਨੀ ਹਕੀਕਤ ਇਸ ਤੋਂ ਕੁਝ ਅਲੱਗ ਜਾਪਦੀ ਹੈ। ਮਾਮਲਾ ਸੰਗਰੂਰ ਦੇ ਮਲੇਰਕੋਟਲਾ ਤੋਂ ਸਾਹਮਣੇ ਆਇਆ, ਜਿੱਥੇ ਨੀਲੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ 50 ਦੇ ਕਰੀਬ ਗਰੀਬ ਪਰਿਵਾਰਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ। ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਕੈਪਟਨ ਸਰਕਾਰ ਨੇ ਉਹਨਾਂ ਦੀ 40 ਸਾਲ ਤੋਂ ਚੱਲੀ ਆ ਰਹੀ ਕਣਕ ਦੀ ਸੁਵਿਧਾ ਬੰਦ ਕਰ ਦਿੱਤੀ ਹੈ, ਕਈਆਂ ਦੇ ਘਰਾਂ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਅਤੇ ਉਹ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ ਨੇ। ਤਾਂ ਵੀ ਗਰੀਬ ਬੰਦੇ ਆ, ਮੁੰਡਾ ਮੇਰਾ ਹੈਂਡੀਕੈਪਟ ਆ ਜਮੀ, 40 ਸਾਲ ਸਾਨੂੰ ਪੁਰਾਣੀ ਕਣਕ ਲੱਗੀ ਉਹ ਟੁੱਟ ਗਈ, ਕੋਈ ਸਾਧਨ ਨਹੀਂ ਹੈਗਾ, ਬੰਦਾ ਮੇਰੇ ਨਹੀਂ ਸਿਰ ਤੇ ਹੈਗਾ, ਸਾਡੀ ਕਣਕ ਕਿਉਂ ਕੱਟੀ ਗਈ ਆ, ਅਸੀਂ ਇਹ ਕਹਿੰਦੇ ਬਹੁਤ ਔਖਾ ਜੀ, ਅਸੀਂ ਭਾਂਡੇ ਮਾਂਜ ਕੇ ਲੋਕਾਂ ਰੋਟੀ ਖਾਣੀ, ਅਸੀਂ ਹੁੰਦੇ ਪੰਡਤ ਹਾਂ, ਹੁੰਦੇ ਪੰਡਤ ਅਸੀਂ ਭਾਂਡੇ ਲੋਕਾਂ ਦੇ ਮਾਂਜਦੇ, ਮੈਂ ਤੁਸੀਂ ਉਹ ਦੱਸੋ ਫਿਰ ਕਿੰਨਾ ਕੁ ਔਖਾ, ਭਾਂਡੇ ਮਾਂਜ ਕੇ ਰੋਟੀ ਖਾਣੀ ਆ, ਜਵਾਕ ਦਾ ਵੀ ਢਿੱਡ ਭਰਨਾ ਆਪਦਾ ਵੀ ਖਾਣਾ। ਦੂਜੇ ਪਾਸੇ ਧਰਨੇ ਵਿੱਚ ਲੋਕਾਂ ਦਾ ਸਾਥ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਪਾਰਟੀਬਾਜ਼ੀ ਕਾਰਨ ਹੀ ਇਹਨਾਂ ਗਰੀਬ ਪਰਿਵਾਰਾਂ ਦੇ ਕਾਰਡ ਕੱਟ ਦਿੱਤੇ ਗਏ ਨੇ। ਆਪ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ 15 ਦਿਨਾਂ ਦੇ ਅੰਦਰ ਅੰਦਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਪੰਜਾਬ ਦੇ ਹਰ ਪਿੰਡ ਦੇ ਵਿੱਚ ਸੱਤਾਧਾਰੀ ਲੋਕਾਂ ਦੇ ਇਸ਼ਾਰੇ ਤੇ, ਉੱਥੋਂ ਦੇ MLA ਦੇ ਇਸ਼ਾਰੇ 'ਤੇ, ਮੰਤਰੀਆਂ ਦੇ ਇਸ਼ਾਰੇ 'ਤੇ, ਦੂਜੀਆਂ ਪਾਰਟੀਆਂ ਨਾਲ ਸੰਬੰਧਿਤ ਸਾਰੇ ਗਰੀਬ ਲੋਕਾਂ ਦੇ ਕਾਰਡ, ਨੀਲੇ ਕਾਰਡ ਕੱਟ ਦਿੱਤੇ ਗਏ ਨੇ। ਅੱਜ ਦਾ ਇਹ ਧਰਨਾ ਅਮਰਗੜ੍ਹ ਹਲਕੇ ਦੇ, ਮਲੇਰਕੋਟਲਾ ਹਲਕੇ ਦੇ ਜਿਹੜੇ ਕਾਰਡ ਕੱਟੇ ਗਏ ਨੇ ਉਹਨਾਂ ਨੂੰ ਲੈ ਕੇ ਲਗਾਇਆ ਜਾ ਰਿਹਾ ਹੈ। ਔਰ ਇਹ ਮੰਗ ਕੀਤੀ ਹੈ ਅਸੀਂ ਕਿ ਜਦੋਂ ਪੜਤਾਲ ਕਰਕੇ ਕਾਰਡ ਇਹ ਬਣਾਏ ਗਏ ਸੀ, ਅੱਜ ਮੌਜੂਦਾ ਸਾਡੇ ਵਿਧਾਇਕਾਂ ਦੇ ਇਸ਼ਾਰੇ 'ਤੇ ਉਹ ਗਰੀਬ ਲੋਕਾਂ ਦੇ ਕਾਰਡ ਕਿਉਂ ਕੱਟੇ ਗਏ ਨੇ। ਅਸੀਂ 15 ਦਿਨ ਦਾ ਅਲਟੀਮੇਟ ਦਿੱਤਾ ਕਿ 15 ਦਿਨਾਂ ਦੇ ਅੰਦਰ ਅੰਦਰ ਇਹ ਕੱਟੇ ਗਏ ਸਾਰੇ ਕਾਰਡ ਬਹਾਲ ਕੀਤੇ ਜਾਣ, ਨਹੀਂ ਤਾਂ ਫਿਰ ਆਮ ਆਦਮੀ ਪਾਰਟੀ ਵੱਡੇ ਪੱਧਰ 'ਤੇ ਸੰਘਰਸ਼ ਵਿੱਢੇਗੀ। ਉਧਰ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਮਲੇਰਕੋਟਲਾ ਵਿੱਚ SDM ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਮੇਰੇ ਅਮਰਗੜ੍ਹ ਹਲਕੇ ਦੇ ਵਿੱਚ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਇਹ ਰੌਲਾ ਪੈ ਰਿਹਾ ਵੀ ਕਾਰਡ ਕੱਟੇ ਗਏ, ਅਸੀਂ ਉਹਦੀ ਦਰਿਆਫਤ ਕਰੀ ਹੈ। ਲਗਭਗ ਜਿਹੜੇ ਲੋਕਾਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਕਣਕ ਕਈ ਵੰਡਾਂ 'ਚ ਵੰਡੀ ਜਾ ਚੁੱਕੀ ਆ, ਉਸ ਦੇ ਵਿੱਚ ਆ ਜਿਹੜਾ 4000 ਤੋਂ ਉੱਪਰ, ਲਗਭਗ 4000 ਤੋਂ ਉੱਪਰ ਨੇ ਜਿਹੜੇ ਕਾਰਡ ਨੇ ਉਹ ਕੱਟੇ ਜਾ ਚੁੱਕੇ ਨੇ। ਜਿਵੇਂ ਚੌਂਦਾ ਪਿੰਡ ਆ ਵੱਡਾ, ਉੱਥੇ ਕਣਕ ਆਈ ਆ, ਚਾਰ ਸਾਲ ਤੋਂ ਉੱਪਰ ਆ ਜਿਹੜਾ ਉਹ ਇੱਕ ਚੌਂਦੇ ਪਿੰਡ ਦੇ ਜਿਹੜੇ ਉਹ ਕਾਰਡ ਉਹ ਕੱਟੇ ਜਾ ਚੁੱਕੇ ਨੇ। ਅਤੇ ਉਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਰਡ ਕੱਟੇ ਨੇ, ਕੋਈ ਵੀ ਮਾਪਦੰਡ ਨਹੀਂ ਤੈਅ ਕਰੇ ਵੀ ਕਿਸ ਆਧਾਰ 'ਤੇ ਉਹਨਾਂ ਨੇ ਕੱਟੇ ਨੇ, ਆਪਣੀ ਮਰਜ਼ੀ ਨਾਲ ਕੱਟ ਲਏ, ਸਿਰਫ ਸੱਤਾਧਾਰੀਆਂ ਦੇ ਇਸ਼ਾਰੇ ਦੇ ਤੋਂ ਕਾਰਡ ਕੱਟੇ ਗਏ ਨੇ, ਸ਼ਰੇਆਮ ਗਰੀਬਾਂ ਨਾਲ ਧੱਕਾ ਕੀਤਾ ਗਿਆ। ਮਨਪ੍ਰੀਤ ਬਾਦਲ ਸਾਹਿਬ ਜਿਹੜੇ ਕਹਿ ਰਹੇ ਨੇ ਖਜ਼ਾਨਾ ਖਾਲੀ ਦੀ ਦਿਹਾਈ ਦਿੰਦੇ ਨੇ, ਇਹ ਆਪਦੀ ਸਰਕਾਰ ਲਈ ਤਾਂ ਲਗਜ਼ਰੀ ਗੱਡੀਆਂ ਲੈ ਰਹੇ ਨੇ, ਪਰ ਇਹ ਚਾਹੁੰਦੇ ਨੇ ਵੀ ਜਿਹੜਾ ਖਜ਼ਾਨਾ ਉਹ ਸਿਰਫ ਗਰੀਬਾਂ ਦੀ ਕਣਕ ਘੱਟ ਕੇ ਭਰਿਆ ਜਾ ਸਕੇ। ਔਰ ਮੈਂ ਸਮਝਦਾ ਜਿਹੜਾ ਅੱਜ ਆ ਕੋਰੋਨਾ ਵਾਇਰਸ ਦੇ ਨਾਲ ਸਾਰੇ ਲੋਕ ਚਿੰਤਾ 'ਚ ਨੇ, ਉਹ ਕੋਰੋਨਾ ਵਾਇਰਸ ਨਾਲ ਵੀ ਜਿਹੜਾ ਪੰਜਾਬ ਸਰਕਾਰ ਦਾ ਭੈੜਾ ਵਾਇਰਸ ਚੁੰਬੜਿਆ, ਕਰੋਨਾ ਵਾਇਰਸ, ਵੀ 3 ਸਾਲਾਂ 'ਚ ਕੰਮ ਹੀ ਨਹੀਂ ਕਰਿਆ ਕੋਈ,
ਉਹ ਕਰੋਨਾ ਵਾਇਰਸ ਨੇ ਸਾਨੂੰ ਪੰਜਾਬ ਨੂੰ ਜ਼ਿਆਦਾ ਬਰਬਾਦ ਕਰਿਆ। ਕਰੋਨਾ ਵਾਇਰਸ ਨਾਲ ਵੀ ਲੋਕ ਅੱਜ ਕਿਸਾਨ ਵੀ ਅੱਜ ਖੁਦਕੁਸ਼ੀ ਕਰ ਰਿਹਾ, ਮਜ਼ਦੂਰ ਖੁਦਕੁਸ਼ੀ ਕਰ ਰਿਹਾ। ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਆਪਣੇ ਮੈਨੀਫੈਸਟੋ ਵਿੱਚ ਕਾਂਗਰਸ ਵੱਲੋਂ ਗਰੀਬ ਪਰਿਵਾਰਾਂ ਨੂੰ ਆਟਾ, ਦਾਲ ਅਤੇ ਕਣਕ ਦੇ ਨਾਲ ਨਾਲ ਚੀਨੀ ਅਤੇ ਚਾਹ ਪੱਤੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਹੁਣ ਲੋਕਾਂ ਵੱਲੋਂ ਆਏ ਦਿਨ ਕੈਪਟਨ ਸਰਕਾਰ ਤੇ ਉਹਨਾਂ ਦੇ ਨੀਲੇ ਕਾਰਡ ਕੱਟਣ ਅਤੇ ਉਹਨਾਂ ਨੂੰ ਮਿਲਦੀਆਂ ਕਣਕ ਸਣੇ ਹੋਰਨਾਂ ਸਹੂਲਤਾਂ ਬੰਦ ਕਰਨ ਦੇ ਦੋਸ਼ ਲਾਏ ਜਾ ਰਹੇ ਨੇ। ਅਜਿਹੇ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਵਿੱਚ ਵੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਇਹ ਲੋਕ ਸਰਕਾਰ ਖਿਲਾਫ ਧਰਨੇ ਦੇਣ ਨੂੰ ਮਜਬੂਰ ਹੋ ਰਹੇ ਨੇ। ਦੇਖਣਾ ਹੋਵੇਗਾ ਕਿ ਸਰਕਾਰ ਇਸ ਪੂਰੇ ਮਾਮਲੇ ਤੇ ਹੁਣ ਕਿਹੋ ਜਿਹਾ ਐਕਸ਼ਨ ਲੈਂਦੀ ਹੈ, ਜਾਂ ਫਿਰ ਸਰਕਾਰ ਵੱਲੋਂ ਕੋਈ ਐਕਸ਼ਨ ਨਾ ਲੈਣ ਤੇ ਆਮ ਆਦਮੀ ਪਾਰਟੀ ਕੀ ਸੰਘਰਸ਼ ਵਿੱਢੇਗੀ। ਮਲੇਰਕੋਟਲਾ ਤੋਂ ਮੁਹੰਮਦ ਜਮੀਲ, ਪੰਜਾਬੀ ਲੋਕ ਚੈਨਲ।